ਇੱਕ ਘੰਟੇ ਲਈ ਨਸ਼ੇ ਬਿਨਾ ਕੱਢਦਾ ਸੀ ਹੁਣ ਮੈਂ ਸੋਚਦਾ ਯਾਰ ਤੈਨੂੰ 1 ਸਾਲ ਦੇ 9 ਮਹੀਨੇ ਹੋ ਗਏ ਬਹੁਤ ਵੱਡੀ ਗੱਲ ਨੀਲਾ ਹੀ ਹੋ ਗਿਆ ਜਮਾਂ ਹੈਗੇ ਹੋ ਗਿਆ ਖਤਮ ਹੋ ਗਿਆ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖਜਲ ਖਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਘਰਦਿਆਂ ਨੇ ਜੀ ਕੋਸ਼ਿਸ਼ਾਂ ਤੋਂ ਵੀ ਵੱਧ ਕੇ ਕੀਤਾ ਘਰਦਿਆਂ ਨੇ ਕਹਿੰਦਾ ਪਾ ਵੀ ਸਾਹ ਮੁੱਲ ਖਰੀਦੇ ਕਿਸੇ ਨੂੰ ਪੈਸੇ ਦੇ ਕੇ ਇੰਨਾ ਕੁ ਜ਼ਿਆਦਾ ਸਾਡਾ ਪੈਸਾ ਗਿਆ ਨਾ ਜੀ ਤਿੰਨ ਟਰੈਕਟਰ ਟਰਾਲੇ ਹੁੰਦੇ ਸੀ ਸਾਡੇ ਪੱਠੇ ਤੇ ਲੱਗੇ ਹੁੰਦੇ ਸੀ ਤਿੰਨੇ ਟਰੈਕਟਰ ਟਰਾਲੇ ਸਨੇ ਟਰਾਲੇ ਮਗਰ ਸੈਂਟਰਾਂ ਚ ਹੀ ਗਏ ਛੱਬ ਤੋਂ ਵੱਧ ਮੈਨੂੰ ਵਾਪਸ ਲਿਆਉਣ ਤੇ ਗਿੱਸਾ ਜੀ ਮੇਰੀ ਮਾਂ ਦਾ ਜੀ ਅੱਜ ਹਰ ਕੋਈ ਸੁਪਨਾ ਵੇਖਦਾ ਹੈ ਕਿ ਮੁਰ ਤੋਂ ਰੰਗਲਾ ਪੰਜਾਬ ਜਿਹੜਾ ਹੈਗਾ ਉਹ ਸਾਡਾ ਪੰਜਾਬ ਸਥਾਪਿਤ ਹੋਵੇ ਜਿਸ ਦੇ ਲਈ ਸਭ ਤੋਂ ਵੱਡਾ ਕੋਟ ਜਿਹੜਾ ਪੰਜਾਬ ਦੀ ਨੋਜ਼ ਵਨ ਨੂੰ ਚਿੰਬੜਿਆ ਸੀਗਾ ਨਸ਼ੇ ਦਾ ਪਰ ਪੰਜਾਬੀ ਇੰਨੇ ਹਿੰਮਤੇ ਹੁੰਦੇ ਨੇ ਕਿ ਹਰ ਇੱਕ ਬੁਰੀ ਆਦਤ ਤੋਂ ਸੁਧਰ ਕੇ ਚੰਗੇ ਵਾਲੂ ਬੇਹਤ ਤੇਜ਼ੀ ਨਾਲ ਵੱਧ ਰਹੇ ਨੇ ਅਸੀਂ ਅੱਜ ਤੁਨਹ ਅਜਿਹੇ ਨੌਜਵਾਨਾਂ ਨਾਲ ਮਿਲਾਵਾਂਗੇ ਘਟੋ ਘਟ 10 ਤੋਂ 12 ਕਰੋੜ ਰੁਪਏ ਜਿਸ ਨੇ ਨਸ਼ੇ ਦੇ ਵਿੱਚ ਬਰਬਾਦ ਕਰ ਦਿੱਤਾ ਪਰ ਜਦੋਂ ਹਿੰਮਤ ਉੱਠੀ ਅੰਦਰੋਂ ਜਜ਼ਬਾ ਪੈਦਾ ਹੋਇਆ ਤੇ ਸਭ ਕੁਝ ਛੱਡ ਕੇ ਅੱਜ ਇੱਕ ਬਿਹਤਰੀਨ ਜ਼ਿੰਦਗੀ ਜੀਰੇ ਫਰੀਦਕੋਟ ਦੇ ਪਿੰਡ ਕੋਗਿਆਣੇ ਦਾ ਰਹਿਣ ਵਾਲਾ ਹਰਨੇਕ ਸਿੰਘ ਹਰਨੇਕ ਸਿੰਘ ਸਾਡਾ ਨਾਲ ਮੌਜੂਦ ਨੇ ਉਹਨਾਂ ਦੇ ਖੇਤ ਦੇ ਵਿੱਚ ਹੀ ਅਸੀਂ ਪਹੁੰਚੇ ਹੋਏ ਆ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਜਾਣਾਂਗੇ ਕਿਵੇਂ ਆਖਿਰਕਾਰ ਐਸ ਪਾਸੇ ਉਹ ਗਏ ਕਿਵੇਂ ਵਾਪਸੀ ਹੋਈ ਤੇ ਕਿਹੜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਗੱਲਬਾਤ ਸ਼ੁਰੂ ਕਰਦੇ ਆ ਹਰਨੇਕ ਸਿੰਘ ਜੀ ਦੇ ਨਾਲ ਹਰਨੇਕ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਤੋ ਬਾਬਾ ਬਹੁਤ ਧੰਨਵਾਦ ਜੀ ਦਿਨਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਸੀਗਾਲ ਜੀ ਹਰਨੇਕ ਜੀ ਬਹੁਤ ਹਿੰਮਤ ਵਾਲੇ ਹੋ ਤੁਸੀਂ ਜਿਹੜੇ ਇਸ ਦਲਦਲ ਵਿੱਚੋਂ ਬਾਹਰ ਨਿਕਲ ਕੇ ਆ ਗਏ ਧੰਨਵਾਦ ਜੀ ਧੰਨਵਾਦ ਬਾਈ ਜੀ ਇਹ ਹਿੰਮਤ ਤਾਂ ਹੈਗੀ ਆ ਜੀ ਇਹਦੇ ਮਗਰ ਮਿਹਨਤ ਬਹੁਤ ਆ ਜੀ ਮਿਹਨਤ ਤੇ ਜਿਹੜਾ ਬੁਰਾ ਵਕਤ ਕਿਉਂਕਿ ਬੁਰਾ ਵਕਤ ਵੀ ਆਉਂਦਾ ਹਨਾ ਚੰਗਾ ਵੀ ਆਉਂਦਾ ਜੀ ਬੁਰੇ ਵਕਤ ਚ ਬਹਾਲਾ ਟਾਈਮ ਕੱਢਿਆ ਹੁਣ ਮੈਨੂੰ ਇਹ ਚੰਗੇ ਵਕਤ ਦਾ ਇੱਕ ਇੱਕ ਮਿੰਟ ਕੀਮਤੀ ਹੈ ਜੀ ਇੱਕ ਇੱਕ ਸੈਕਿੰਡ ਕੀਮਤੀ ਹੈ ਜੀ ਲੋਕੀ ਮੈਨੂੰ ਕਹਿ ਦਿੰਦੇ ਆ ਯਾਰ ਤੂੰ ਕੀ ਸਾਰਾ ਕੁਝ ਬਰਬਾਦ ਕਰਕੇ ਕੀ ਖਟਿਆ ਪਰ ਜਿਹੜੀ ਮੇਰੇ ਦਿਲ ਨੂੰ ਖੁਸ਼ੀ ਮਿਲਦੀ ਆ ਨਾ ਜੀ ਮੈਂ ਇੱਕ ਘੰਟਾ ਦੀ ਨਸ਼ੇ ਬਿਨਾਂ ਕੱਢਦਾ ਸੀ ਹੁਣ ਮੈਂ ਸੋਚਦਾ ਯਾਰ ਤੈਨੂੰ ਇੱਕ ਸਾਲ ਦੇ 9 ਮਹੀਨੇ ਹੋ ਗਏ ਬਹੁਤ ਵੱਡੀ ਗੱਲ ਹੈ ਮੇਰੇ ਲਈ ਮੈਂ ਇਹ ਇੱਕ ਇੱਕ ਪਾਲ Enjoy ਕਰਦਾ ਹੁਣ ਕਿ ਕਿਵੇਂ ਸ਼ੁਰੂਆਤ ਕਿਵੇਂ ਹੁੰਦੀ ਆ insan ਜਾਂਦਾ ਕਿਵੇਂ ਇਸ ਦਲਦਲ ਦੇ ਵਿੱਚ ਸ਼ੁਰੂਆਤ ਜੀ ਮੈਂ ਪੜਦਾ ਸੀਗਾ ਜੀ 9ਵੀਂ 10ਵੀਂ ਦੇ ਵਿੱਚ ਪਿੰਡ ਦੀ ਸਰਕਾਰੀ ਸਕੂਲ 'ਚ ਤੇ ਫਾਜ਼ਲ ਸਾਹਿਬ ਮੇਰੇ ਪਹਿਲਾਂ ਆਰਮੀ 'ਚ ਸੀਗੇ ਮੇਰਟ ਦੀ ਪੜ੍ਹਾਈ ਆਈ ਮੇਰੀ ਮੇਟ ਰਹੇ ਸੀ ਉਹਨਾਂ ਦੇ ਨਾਲ ਤੇ ਉਸ ਤੋਂ ਬਾਅਦ ਮੈਂ ਆ ਕੇ 8ਵੀਂ ਚ ਇੱਥੇ ਲੱਗ ਗਿਆ ਜੀ 8ਵੀਂ ਤੋਂ ਪਹਿਲਾਂ ਇੰਗਲਿਸ਼ ਮੀਡੀਅਮ ਚ ਪੜਿਆ ਜੀ ਮੈਂ ਤੇ ਉਸ ਤੋਂ ਬਾਅਦ ਇੱਥੇ ਪਿੰਡ ਦੀ ਸੁਸਾਇਟੀ ਜੀ ਉਸ ਤੋਂ ਬਾਅਦ ਮੈਂ ਨੈਸ਼ਨਲ ਕਬੱਡੀ ਦਾ ਬਹੁਤ ਵਧੀਆ ਪਲੇਅਰ ਸੀਗਾ ਜੀ ਤੇ ਸਟੇਟ ਲੈਵਲ ਤੱਕ ਖੇਡਿਆ ਜੀ ਮੈਂ ਨੈਸ਼ਨਲ ਚੋਂ ਹਾਰ ਕੇ ਸੀਗਾ ਜੀ ਤੇ ਅਸੀਂ ਸਾਡੀਆਂ ਨੇ ਗੇਮਾਂ ਹੋਈਆਂ ਨਹਿਰੋ ਸਟੇਡੀਅਮ ਫਰੀਦਕੋਟ ਦੀ ਤੇ ਜਿਵੇਂ ਹੁਣ ਹੁੰਦਾ ਜੀ ਮੁੰਡਾ ਕੋਈ ਜਾਂਦਾ ਉਹਦੇ ਨਾਲ ਕੋਈ ਮੁੰਡਾ ਜਾਵੜਿਆ ਪਿੰਡ ਦਾ ਹਨਾ ਤੇ ਉਹ ਇੱਕ ਉਥੋਂ ਬੰਦਾ ਸੀਗਾ ਤੇ ਉਹ ਸਮਾਨ ਹੀ ਲਾਉਂਦਾ ਸੀਗਾ ਜੀ ਅਸੀਂ ਵੀ ਉਦੋਂ ਪੈ ਚੁੱਕੇ ਸੀਗੇ ਪਰ ਅਸੀਂ ਮਾੜਾ ਮੋਟਾ ਬੀਅਰ ਵਗੈਰਾ ਪੈਗ ਸ਼ੈਗ ਸੈਕਟ ਵਗੈਰਾ ਇਥੋਂ ਤੱਕ ਸੀਮਤ ਸੀਗੇ ਜੇ ਹੋਰ ਕੋਈ ਵੱਡਾ ਨਸ਼ਾ ਗੋਲੀ ਗੱਪਾ ਕੁਝ ਨਹੀਂ ਕਰਦਾ ਪਿੰਦੀ ਸੀ ਉਸ ਤੋਂ ਬਾਅਦ ਜੀ ਉਹ ਬੰਦੇ ਨੇ ਸਾਡੇ ਨਾਲ ਯਾਰੀ ਦੋਸਤੀ ਸ਼ੁਰੂ ਕੀਤੀ ਉਹ ਬੰਦੇ ਦੀ ਉਦੋਂ ਉਮਰ 32 ਸਾਲ ਸੀਗੀ ਜੀ ਪੂਰਾ ਬੰਦਾ ਸੁਲਝਿਆ ਹੋਇਆ ਸੀਗਾ ਉਹਨੇ ਸਾਨੂੰ ਨਾ ਫੋਨ ਲਾਉਣਿਆ ਆਪਦੀ ਆਪ ਅਸੀਂ ਐਵੋਇਡ ਕਰਦੇ ਆ ਯਾਰ ਚੱਲਾ ਦੇ ਹਾਨ ਦਾ ਹੋਵੇ ਤਾਂ ਠੀਕ ਆ ਬੰਦਾ ਵੱਡਾ ਹੀ ਛੋਟੇ ਆ ਹਨਾ ਤੇ ਸਾਡੀ ਤਾਂ 17-18 ਸਾਲ ਸੀਗੀ ਸਾਰੀ ਉਹ ਤੀਆਂ ਬੱਤੀਆਂ ਸਾਲਾਂ ਦਾ ਸੀ ਉਹ ਜੀ ਸਮਾਨ ਲਾਉਂਦਾ ਸੀਗਾ ਟੀਕੇ ਸਾਡੇ ਪਿੰਡ ਦਾ ਸੀਗਾ ਮੁੜ ਕੇ ਹੋਰ ਪਿੰਡ ਰਹਿਣ ਲੱਗੇ ਸੀ ਤੇ ਉਸ ਤੋਂ ਬਾਅਦ ਜੀ ਉਹ ਬੰਦੇ ਨੇ ਸਾਡਾ ਇਸ ਤਰ੍ਹਾਂ ਦਾ ਉਹਨੇ ਨੈਟਵਰਕ ਬਣਾ ਲਿਆ ਵੀ ਅਸੀਂ ਉਹਦੇ ਪਹਿਲੇ ਫੋਨ ਤੇ ਘਰੋਂ ਬਾਹਰ ਆਉਣ ਲੱਗੇ ਸੀਗੇ ਚੰਗੀ ਯਾਰੀ ਦੋਸਤੀ ਉਸ ਤੋਂ ਬਾਅਦ ਅਸੀਂ ਫਰੀਦਕੋਟ ਨਹਿਰਾਂ ਤੇ ਜਾਂਦੇ ਆ ਉਹਦਾ ਕੋਈ ਕੰਮ ਸੀਗਾ ਲੜਾ ਲੁੜਿਆ ਸੀਗਾ ਕਿਸੇ ਨਾ ਗਾਂ ਉਹ ਵੀ ਮੁੰਡੇ ਇਕੱਠੇ ਉਦੋਂ ਉਮਰੀ ਜੀ ਸੀਗੀ ਜੀ ਤੇ ਜਾਵੜੇ ਜੀ ਉਦੋਂ ਕਹਿੰਦਾ ਵੀ ਕਾਇਮ ਹੋ ਜਾਓ ਤੇ ਆਪਾਂ ਇਹ ਕੰਮ ਕਰਨਾ ਹੀ ਕਰਨਾ ਤੇ ਸਾਨੂੰ ਜੀ ਉਹਨੇ ਨਹਿਰਾਂ ਤੇ ਸਾਡੇ ਜੰਨਾ ਮੁੰਡਿਆਂ ਦੇ ਦੋ ਕਣਕ ਦੇ ਦਾਣੇ ਜੰਨਾ ਚਿੱਟਾ ਸਰੈਂਜ ਵਿੱਚ ਘੋਲ ਕੇ ਟੀਕਾ ਲਾਤਾ ਪਹਿਲੀ ਵਾਰੀ ਉਸ ਬੰਦੇ ਨੇ ਸਾਡੇ ਟੀਕੇ ਲਾਇਆ ਜੇ ਪੰਨੀ ਤੇ ਲਾਉਂਦਾ ਹੁੰਦਾ ਤਾਂ ਹੀ ਵੀ ਪੰਨੀ ਤੇ ਲੱਗਣਾ ਸੀ ਮੈਂ ਪੰਨੀ ਦੇ ਹੱਥ ਤੱਕ ਜ਼ਿੰਦਗੀ ਵਿੱਚ ਸਮਾਨ ਨਹੀਂ ਲਾਇਆ ਜੀ ਨਹੀਂ ਟੀਕੇ ਦੇ ਬੰਦਾ ਪੰਨੀ ਤੇ ਜਦੋਂ ਸਮਾਨ ਦੀ ਕੁਆਂਟੀਟੀ ਘਟ ਪੈਂਦੀ ਆ ਜਾਂ ਆਪਣੇ ਕੋਲ ਪੈਸੇ ਘਟਦੇ ਆ ਉਦੋਂ ਬੰਦਾ ਪੰਨੀ ਤੋਂ ਟੀਕੇ ਤੇ ਆਉਂਦਾ ਜੀ ਜਿਹੜੇ ਐਡੈਕਟਿਵ ਵੀਰ ਦੇਖ ਰਹੇ ਹੋਣਗੇ ਉਹਨਾਂ ਨੂੰ ਪਤਾ ਵੀ ਸਿੱਧਾ ਟੀਕੇ ਤੇ ਆਉਣਾ ਬਹੁਤ ਔਖੀ ਗੱਲ ਆ 8-9 ਵਾਰੀ ਤਾਂ ਜੀ ਮੈਂ ਨੀਲਾ ਹੀ ਹੋ ਗਿਆ ਜਮਾਂ ਹੈਗੇ ਹੋ ਗਿਆ ਖਤਮ ਹੋ ਗਿਆ ਸੀ ਤੇ ਉਸ ਤੋਂ ਬਾਅਦ ਡਾਕਟਰਾਂ ਨੇ ਜਵਾਬ ਜਵਾਬ ਦਿੱਤਾ ਸੀ ਤੇ ਉਹ ਬੰਦੇ ਨੇ ਉਦੋਂ ਟੀਕਾ ਸਾਡੇ ਲਾਤਾ ਜੀ 2 ਦਿਨਾਂ ਬਾਅਦ ਫੇਰ ਉਹਨੇ ਸਾਨੂੰ ਉਸੇ ਕੰਮ ਤੇ ਲਾਤਾ ਤਾਂ ਪਹਿਲੀ ਵਾਰ ਟੀਕਾ ਲਾਇਆ ਉਦੋਂ ਕਿਵੇਂ ਦਾ ਲੱਗਿਆ ਸੀਗਾ ਜਾਂ ਕੁਝ ਜਾਂ ਮਨਾ ਮੁਨਾ ਨੇ ਕਿਤਾ ਉਹਨੂੰ ਕਿ ਅਸੀਂ ਨਹੀਂ ਕਰਨਾ ਨਹੀਂ ਮਨਾ ਅਸੀਂ ਉਹਨੂੰ ਜੀ ਬਹੁਤ ਕੀਤਾ ਸੀ ਕਿ ਵੀਰੇ ਯਾਰ ਇਹ ਸਾਡਾ ਸੈਕਟ ਦਾ ਕਿਸਮਤ ਆ ਉਹ ਕਹਿੰਦਾ ਯਾਰ ਇਹ ਤਾਂ ਕਹਿੰਦਾ ਉਹਨੇ ਗਾਲ ਕੱਢ ਕੇ ਆਖਿਆ ਵੀ ਉਹ ਨਸ਼ਿਆ ਕਹਿੰਦਾ ਇਹ ਨਸ਼ੇ ਆ ਯਾਰ ਕੋਈ ਕਹਿੰਦਾ ਸਮਾਨ ਲਾ ਕੇ ਵੇਖੋ ਸਾਨੂੰ ਉਹਨੇ ਬੰਦੇ ਨੇ ਉਹਦੇ ਫਾਇਦੇ ਇੰਨੇ ਕ ਗਣਾਤੇ ਵੀ ਕਹਿੰਦਾ ਯਾਰ ਕਵਾਂਟਲ ਫੀਮ ਚੋਂ 5 ਕਿਲੋ ਚਿੱਟਾ ਨਿਕਲਦਾ ਆਈ ਆਖਿਆ ਚੱਲ ਯਾਰ ਫੀਮ ਵਰਗਾ ਨਾ ਚਾ ਹੋਊਗਾ ਸੀ ਉਦੋਂ ਅਣਪੋਹਲ ਸੀ ਕਹਿੰਦਾ ਨਹੀਂ ਸੀ ਸੂੰਜੀ ਜੇ ਅੱਜ ਵਾਲੀ ਸੂੰ ਅੱਜ ਵਾਲਾ ਦਿਮਾਗ ਉਦੋਂ 17 ਸਾਲਾਂ ਚ ਨਹੀਂ ਹੁੰਦੀ 24 25 ਸਾਲਾਂ ਦੀ ਸੂ 24 25 ਸਾਲਾਂ ਦਾ ਹੋ ਕੇ ਹੀ ਆਉਂਦੀ ਹੈ ਜੀ ਤੇ ਅਸੀਂ ਲਾ ਲਿਆ ਜੀ ਚਲੋ ਉਹਨੇ ਵੀ ਕੋਈ ਸਾਨੂੰ ਫੋਰਸ ਕੀਤਾ ਸਾਡਾ ਵੀ ਮਨ ਸੀਗਾ ਵੈਰਾਈਟੀ ਵੱਖੋ ਵਕਤ ਚੈੱਕ ਕਰਨ ਦੀ ਤੇ ਲਾਤਾ ਜੀ ਪਰ ਉਹਨੇ ਸਾਨੂੰ ਨਾ ਆਦੀ ਬਣਾਤਾ ਅਸੀਂ ਕਿਤੇ ਕਿਤੇ ਤਾਈਂ ਪਹਿਲਾਂ ਲਾਉਂਦੇ ਸੀ ਹਫ਼ਤੇ ਪਿੱਛੋਂ ਲਾ ਲਿਆ ਉਹਨੇ ਸਾਨੂੰ ਪੱਕਾ ਆਦੀ ਬਣਾਤਾ ਵੀ ਅਸੀਂ ਆਪਦੇ ਘਰੋਂ ਪੈਸੇ ਕਰਕੇ ਨਾਲੇ ਤਾਂ ਉਸ ਬੰਦੇ ਨੂੰ ਲਵਾਉਣਾ ਨਾਲੇ ਅਸੀਂ ਆਪ ਲਾਉਣਾ ਸਿਰਫ ਇੱਕ ਸਾਨੂੰ ਆਪ ਦੇ ਟੀਕਾ ਨਹੀਂ ਸਲਾਉਣਾ ਹੁੰਦਾ ਹੁੰਦਾ ਤਾਂ ਕਰਕੇ ਵੀ ਸਾਡੇ ਚਲ ਟੀਕਾ ਲਾ ਦੂਗਾ ਉਹ ਉਹ ਟੀਕੇ ਲਵਾਉਣ ਪਿੱਛੇ ਜੀ 2 ਸਾਲ ਮੈਂ ਆਪਦੀ ਜੇਬ ਚੋਂ ਉਹ ਬੰਦੇ ਨੂੰ ਨਸ਼ਾ ਕਰਾਇਆ 2 ਸਾਲ ਵੀ ਆਪ ਮੈਂ ਪੈਸੇ ਕਰਨੇ ਤੇ ਉਹਨੂੰ ਨਾਲ ਲੈ ਕੇ ਆਉਣਾ ਸਮਾਨ ਲੈਣਾ ਆਪਦੀ ਆਪ ਉਹਨੂੰ ਕਹਿਣਾ ਨਾਲੇ ਯਾਰ ਆਪ ਲਾਲਾ ਦੇ ਨਾਲੇ ਮੇਰੇ ਲਾ ਦੇ ਮੈਨੂੰ ਟੀਕਾ ਲਾਉਂਦਾ ਵੱਲ ਹੀ ਨਹੀਂ ਹੁਣ ਮੈਂ ਕਿਹੜਾ ਡਾਕਟਰ ਤੋਂ ਲਵਾਵਾਂ ਕਿੱਲਾ ਪੈਸ ਪੈਸਾ ਤਾਂ ਜੀ ਕੋਈ ਗਿਣਤੀ ਨਹੀਂ ਜੀ ਟਰੈਕਟਰ ਟਰਾਲੇ ਸੀਗੇ ਸਾਧਕ ਮਕਸਰ ਰੋਡ ਤੇ ਪਲਾਟ ਸੀਗਾ ਆਪਣਾ ਜੀ ਉਹ ਵੇਚਤਾ ਕਹਿੰਦਾ ਭਾਵ ਲੱਖਾਂ ਤੋਂ ਕਰੋੜਾਂ ਤੇ ਜਾਵੜੀਆਂ ਗੱਲਾਂ ਜੀ ਪੈਸਾ ਤਾਂ ਬਹੁਤ ਬਰਬਾਦ ਹੋਇਆ ਬਟ ਚਲੋ ਜਿਹੜਾ ਕੁਝ ਗਵਾਚ ਗਿਆ ਜੀ ਉਹਨੂੰ ਅਸੀਂ ਆਪਾਂ ਨਹੀਂ ਮੋੜ ਲਿਆ ਸਕਦੇ ਜਿਹੜਾ ਕੁਝ ਹੈਗਾ ਉਹੀ ਆਪਾਂ ਸੰਭਾਲ ਲਗੇ ਜੀ ਇੰਨਾ ਹੀ ਬਹੁਤ ਆ ਹੁਣ ਜਦੋਂ ਮੈਂ ਛੱਡਿਆ ਜੀ ਮੈਂ ਦਿਲੋਂ ਚੂਚਾ ਬੱਕ ਕਰਾ ਲਿਆ ਜੀ ਆਪਣਾ ਮੁਰਗੀ ਫਾਰਮ ਉੱਤੇ 10000 ਮੈਂ ਚੂਚਾ ਬੱਕ ਕਰਾ ਲਿਆ ਜੀ ਉਥੋਂ ਤੇ ਉਹ 11 ਰੁਪਏ ਚੂਚਾ ਮੈਨੂੰ ਪਿਆ ਇੱਕ ਦਿਨ ਦਾ ਬੱਚਾ ਉਹ ਆਉਂਦਾ ਆਉਂਦਾ ਡਿਲੀਵਰੀ ਕਰਕੇ 15 ਰੁਪਏ ਦਾ ਨਾਕ ਬਹਿ ਗਿਆ ਉਹ 15 ਰੁਪਏ ਦਾ ਨਾਕ ਅਸੀਂ ਉਸ ਤੋਂ ਬਾਅਦ ਜੀ 6 600 ਦਾ 700 ਦਾ ਇਦਾਂ ਕਰਕੇ ਵੇਚਿਆ ਉਹ ਤੋਂ ਮੈਂ 4-5 ਲੱਖ ਰੁਪਏ ਪ੍ਰਾਫਿਟ ਮੁਰਗੀ ਖਾਨੇ ਤੋਂ ਐਤਕੀ ਬਣਾਇਆ ਤੇ ਬੋਲਟ ਡੈਡੀ ਦਾ ਵੇਚਿਆ ਸੀਗਾ ਨਵਾਂ ਉਹ ਨੂੰ 2023 ਮਾਡਲ ਸਟੈਂਡਰਡ ਕਢਾ ਕੇ ਦਿੱਤਾ ਆ 3 ਮਾਡਲ ਬੋਲਟ ਵੀ ਨਸ਼ੇ ਜੀ ਵੇਚਦਾ ਸੀ ਹਾਂ ਜੀ ਨਸ਼ੇ ਜੀ ਵੇਚਦਾ ਸੀ ਜੀ ਗਿਆਨੇ ਰੱਖਿਆ ਪਹਿਲਾਂ 50000 ਰੁਪਏ ਪੜਿਆ ਫਿਰ 10000 ਹੋਰ ਪੜਿਆ ਫਿਰ 10000 ਹੋਰ ਪੜਿਆ ਐ ਕਰਕੇ 70000 ਦਾ ਬੋਲਟ ਜਿਹੜਾ ਡਾਈ ਲੱਖ ਦਾ ਬੋਲਟ ਸੀ ਕਰਦੇ ਦੀ ਮੰਨਦੇ ਨਹੀਂ ਸੀ ਕਿ ਇਹ ਕਰਦੇ ਰੋਕਣ ਦੀ ਕੋਸ਼ਿਸ਼ ਕਰਦੇ ਸੀ ਕਰਦਿਆਂ ਨੇ ਜੀ ਕੋਸ਼ਿਸ਼ਾਂ ਤੋਂ ਵੀ ਵੱਧ ਕੇ ਕੀਤਾ ਕਰਦਿਆਂ ਨੇ ਕਹਿੰਦਾ ਪਾ ਵੀ ਸਾਹ ਮੁੱਲ ਖਰੀਦੇ ਕਿਸੇ ਨੂੰ ਪੈਸੇ ਦੇ ਕੇ ਵੀ ਆਪਦੇ ਅਰਤੀ ਪੁੱਤ ਦੇ ਸਾਹ ਖਰੀਦਣੇ ਵੀ ਥੋਡੇ ਕੋਲੇ ਰਹੂਗਾ ਸੈਂਟਰਾਂ 'ਚ ਇੰਨਾ ਕੁ ਜ਼ਿਆਦਾ ਸਾਡਾ ਪੈਸਾ ਗਿਆ ਨਾ ਜੀ ਤਿੰਨ ਟਰੈਕਟਰ ਟਰਾਲੇ ਹੁੰਦੇ ਸੀ ਸਾਡੇ ਪੱਠੇ ਤੇ ਲੱਗੇ ਹੁੰਦੇ ਸੀ ਤਿੰਨੇ ਟਰੈਕਟਰ ਟਰਾਲੇ ਸਨੇ ਟਰਾਲੇ ਮਗਰ ਸੈਂਟਰਾਂ 'ਚ ਹੀ ਗਏ ਕਿਉਂਕਿ ਸੈਂਟਰ ਦੀ ਫੀਸ 20 25000 ਫੀਸ ਹੁੰਦੀ ਸੀ ਫਿਰ ਵੀ ਆਈਪੀ ਟ੍ਰੀਟਮੈਂਟ ਲੈਂਦਾ ਸੀਗਾ ਮੈਂ ਬਈ ਆਮ ਲੋਕਾਂ ਦਾ ਟਰੀਟਮੈਂਟ ਵੀ ਨਹੀਂ ਲੈਂਦਾ ਸੀ ਵੀਆਈਬੀ ਏਸੀ ਵਗੈਰਾ ਹੁੰਦਾ ਨਹੀਂ ਸੈਂਟਰਾਂ 'ਚ ਬਹੁਤ ਮੰਦਾ ਹਾਲ ਸੀਗਾ ਤੇ ਪਰ ਕਹਿ ਤਾ ਕਹਿ ਦੀ ਹੈ ਜੀ ਤੇ ਸੈਂਟਰਾਂ 'ਚ ਵੀ ਬਹੁਤ ਵਕਤ ਕੱਢਿਆ ਜੀ ਸੈਂਟਰਾਂ ਦੇ ਦਾ ਇੱਕ ਆਪਾਂ ਪੂਰੀ ਵੀਡੀਓ ਕਰ ਸਕਦੇ ਹਾਂ ਜੀ ਇਦਾਂ ਦਾ ਮੈਟਰ ਆਪਣੇ ਕੋਲੇ ਚਲੋ ਆਪਾਂ ਆਪਦੀ ਜ਼ਿੰਦਗੀ 'ਚ ਅੱਜ ਸਹੀ ਹੈ ਜੀ ਇਨਾਂ ਕੁ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਜੀ ਜਦੋਂ ਵਾਪਸੀ ਕਿਵੇਂ ਹੁੰਦੀ ਥੋਡੀ ਸਭ ਤੋਂ ਵੱਡਾ ਯੋਗਦਾਨ ਕਿਵੇਂ ਕਿਸ ਬੰਦੇ ਦਾ ਰਹਿੰਦਾ ਹੈ ਜਦੋਂ ਵਾਪਸੀ ਹੋਣੀ ਕਿਉਂਕਿ ਵਾਪਸੀ ਹੋਣੀ ਬੇहद ਅਹਿਮ ਹਿੱਸਾ ਹੈ ਤੁਹਾਡੀ ਜ਼ਿੰਦਗੀ ਦਾ ਇੱਕ ਨਰਕ ਚੋਂ ਸੁਰਗ ਵੱਲ ਨੂੰ ਆਏ ਮੇਰਾ ਜੀ ਸਭ ਤੋਂ ਵੱਧ ਮੈਨੂੰ ਵਾਪਸ ਲਿਆਉਣ ਤੇ ਹਿੱਸਾ ਜੀ ਮੇਰੀ ਮਾਂ ਦਾ ਜੀ ਮਾਇਆ ਦੀ ਮਾਂ ਨੂੰ ਪਹਿਲਾ ਰੱਬ ਕਹਿੰਦਾ ਜੀ ਤੇ ਉਹਨੇ ਨਾ ਜੀ ਮੇਰਾ ਪਿੱਛਾ ਨਹੀਂ ਛੱਡਿਆ ਇੱਕ ਟਾਈਮ ਤੇ ਉਹ ਮੇਰੇ ਦਾਦਾ ਜੀ ਖੜੇ ਸਾਹਮਣੇ ਘਰ ਦੇ ਹਰ ਜੀ ਮੇਤੋ ਕਿਨਾਰਾ ਕਰਦਾ ਸੀ ਉਹਨੋਂ ਐਸੀ ਵੀ ਇਹਨਾਂ ਜਾਂਦਾ ਪੈਸਾ ਮੰਗਣੇ ਆ ਜਾਂ ਕੁਝ ਵੇਚੂਗਾ ਵੀ ਕਹਿੰਦਾ ਭਾਬ ਇਹ ਵੀ ਆਪਦੇ ਸਾਹ ਤੇ ਸਹੀ ਸੇ ਕੋਸ਼ਿਸ਼ਾਂ ਕਰ ਕਰਕੇ ਹਟਗੇ ਜੇ ਮੈਂ ਇਹਨਾਂ ਦੀ ਥਾਂ ਤੇ ਹੁੰਦਾ ਮੈਂ ਵੀ ਇਹੀ ਕਰਨਾ ਸੀ ਤੇ ਮੇਰਾ ਤੇ ਪੁੱਤ ਨਸ਼ੇ ਲੱਗਾ ਹੁੰਦਾ ਮੈਂ ਵੀ ਉਹਨੂੰ ਮੱਥਾ ਮਾਰਨਾ ਹੀ ਵੀ ਜੇ ਤੁਹਾਨੂੰ ਪਤਾ ਜੀ ਆਪਦੇ ਨੂੰ ਪੀੜ ਹੁੰਦੀ ਐ ਬਗਾਨੇ ਨੂੰ ਪੀੜ ਨਹੀਂ ਹੁੰਦੀ ਤੇ ਮੇਰੀ ਮਾਂ ਨੇ ਕਹਿੰਦਾ ਭਾਬ ਡੈਡੀ ਨੂੰ ਕਹਿ ਕੇ ਵੀ ਇਹਨੂੰ ਉੱਥੇ ਦਾਖਲ ਕਰਾਦ ਕੇ ਉੱਥੋਂ ਦਵਾਈ ਦਿਵਾ ਲਗੇ ਚੱਪ ਪਵਾਈ ਫਿਰ ਮੇਰੇ ਆ ਜਿਹੜੀ ਚੱਪ ਅੰਮ੍ਰਿਤਸਰੋਂ ਪਈ ਸੀ 2.5 ਲੱਖ ਦੀ ਨਸ਼ਾ ਰੋਕਣ ਲਈ ਹੁੰਦੀ ਐ ਜੀ ਇਹ ਕੱਟ ਲਾ ਕੇ ਪਾਉਂਦੇ ਆ ਜੀ ਜ ਨਿਸ਼ਾਨੀਆਂ ਆਪਾਂ ਨੂੰ ਹੁੰਦਾ ਜੀ ਹਾਂਜੀ ਤੇ ਉਹ ਮੇਰੀ ਮਾਂ ਨੇ ਮੇਰਾ ਇੰਨਾ ਕਿ ਜ਼ਿਆਦਾ ਸਾਥ ਦਿੱਤਾ ਜੀ ਇੱਕ ਵਾਰੀ ਮੈਂ ਸੈਂਟਰ 'ਚ ਥੋੜਾ ਜਿਹਾ ਔਖਾ ਸੀਗਾ ਵੀ ਵਾਰ-ਵਾਰ ਜਿਹੜਾ ਬੰਦਾ ਜਾਂਦਾ ਯਾਰ ਉਹਦੇ ਨਾਲ ਥੋੜਾ ਮਿਸਬਿਹੇਵ ਕਰਨ ਲੱਗ ਜਾਂਦੇ ਉੱਥੇ ਦੇ ਬੰਦੇ ਮੈਂ ਗੋਲੇ ਵਾਲੇ ਦਾ ਮੁੰਡਾ ਜੀ ਮੈਂ ਉਹਦੇ ਹੱਥ ਸੁਨੇਹਾ ਕਿ ਕੱਲ੍ਹ ਤਾਂ ਮੈਂ ਹਾਂ ਯਾਰ ਮੰਮੀ ਨੂੰ ਕਹਿ ਰਹੀਆਂ ਇੱਕ ਗੱਲ ਜਾ ਕੇ ਵੀ ਜੇ ਤਾਂ ਮੈਨੂੰ ਸੈਂਟਰੋਂ ਲੈ ਜਾਉਂਗੇ ਤਾਂ ਮੈਂ ਛੱਡ ਦੂੰਗਾ ਨਹੀਂ ਮੈਂ ਆ ਕੇ ਦੁਗਣਾ ਕਰੂੰਗਾ ਉਹਨੇ ਰਾਤ ਨੂੰ ਸਾਡੇ ਘਰੇ 11 ਵਜੇ ਸੁਨੇਹਾ ਦਿੱਤਾ ਜੀ ਤੜਕੇ 2 ਵਜੇ ਮੇਰੀ ਮੰਮੀ ਸੈਂਟਰ 'ਚ ਆ ਗਈ ਸੀ ਪੈਸੇ ਦਿੱਤੇ ਉਹ ਮੈਨੂੰ ਲੈ ਗਈ ਉਸ ਤੋਂ ਬਾਅਦ ਮੈਂ ਜਾ ਕੇ ਫੇਰ ਵਿਸ਼ਵਾਸ ਉਹਨਾਂ ਦਾ ਤੋੜਦਾ ਰਿਹਾ ਕਹਿੰਦਾ ਪਾ ਮੇਰੀ ਮਾਂ ਨੇ ਤਾਂ ਇੰਨੇ ਕ ਜਿਆਦੇ ਕੋਸ਼ਿਸ਼ਾਂ ਕੀਤੀਆਂ ਨਾ ਜੀ ਉਹਨੂੰ ਸਾਡੇ ਘਰ ਦਾ ਕੋਈ ਜੀ ਨਹੀਂ ਬੁਲਾ ਕੇ ਖੋ ਸੀਗਾ ਕਿਉਂਕਿ ਮੇਰਾ ਸਾਥ ਦਿੰਦੇ ਉਹ ਕਹਿੰਦੀ ਸੀ ਵੀ ਹਟਦਾ ਹੀ ਨਹੀਂ ਤੇ ਤੂੰ ਕਾਹਤੋਂ ਇਹਦਾ ਸਾਥ ਦਿੰਨੀ ਆ ਪੈਸਾ ਤੇ ਲੱਖ ਸਰੋਤ ਤੋਂ ਮੰਗਦਾ ਸੀ ਮੈਂ ਕਿਵੇਂ ਨਾ ਕਿਵੇਂ ਕਰਕੇ ਮੈਂ ਡੈਡੀ ਤੋਂ ਲੈ ਕੇ ਦਿੰਦੀ ਸੀ ਕਿਦੋਂ ਹੋਰ ਆੜਤੀਆਂ ਤੋਂ ਫੜ ਕੋਸ ਬਹੁਤ ਪਾਪੜ ਵੇਲੇ ਜੀ ਬਹੁਤ ਹੀ ਜਿਆਦਾ ਦੋਸੋ ਸਭ ਤੋਂ ਵੱਡਾ ਯੋਗਦਾਨ ਜੀ ਮੇਰੀ ਮਾਂ ਦਾ ਜੀ ਮੇਰੀ ਮਾਂ ਮੇਰਾ ਰੱਬ ਆ ਜੀ ਤੇ ਰਿਸਪੈਕਟ ਹੈ ਜੀ ਉਹਨਾਂ ਨੇ ਮੈਨੂੰ ਮੋੜ ਲਿਆ ਜੀ ਤੇ ਬਹੁਤ ਉਹਨਾਂ ਨੇ ਵਕਤ ਵੇਖਿਆ ਜੀ ਇੱਕ ਟਾਈਮ ਤੇ ਸਾਰੇ ਜੀਵ ਉਹਨੂੰ ਬਲਾਉਣਾ ਹਟ ਗਏ ਸੀਗੇ ਬੇਕਦਰਹੀ ਹੋ ਜਾਂਦੀ ਹੈ ਜੀ ਨਾਲ ਆਪਦੀ ਤਾਂ ਹੁੰਦੀ ਹੁੰਦੀ ਨਾਲ ਮਾਪਿਓ ਦੀ ਵੀ ਹੋ ਜਾਂਦੀ ਹੈ ਜੀ ਤੇ ਇਹ ਦਲਦਲੀ ਜੀ ਚਿੱਟੇ ਦਾ ਦੂਜਾ ਨਾਮ ਮੌਤ ਹੈ ਜੀ ਆਪਾਂ ਤੇ ਇਹਨੂੰ ਡੈਫੀਨੇਸ਼ਨ ਇਹ ਕਰ ਸਕਦੇ ਹਾਂ ਮੌਤ ਤੇ ਜਿਹੜੀ ਆਪਣੀ ਆਪ ਬੇਕਦਰਹੀ ਕਹਿ ਦਿੰਦੇ ਆਂ ਵੀ ਬੰਦਾ ਕੋਲੇ ਖੜ ਕੇ ਨਹੀਂ ਖੋਜਦਾ ਹੁਣ ਆਪਾਂ ਆਪਦੇ ਦੇ ਲਈ ਆ ਯਾਰ ਆਪਾਂ ਹੁਣ ਕੋਈ ਬੰਦਾ ਚਿੱਟਾ ਕਰਦਾ ਹੋਵੇ ਸਮਾਨ ਲਾਉਂਦਾ ਹੋਵੇ ਆਪਾਂ ਉਹਦੇ ਕੋਲੇ ਖੜ ਕੇ ਝਿਜਕ ਮੰਨਾਂਗੇ ਵੀ ਯਾਰ ਇਹ ਬੰਦਾ ਗਲਤ ਆ ਆਪਾਂ ਸੋਸਾਇਟੀ ਚ ਉਹਨੂੰ ਐਕਸੈਪਟ ਨਹੀਂ ਕਰਦੇ ਬੰਦੇ ਇਹੀ ਆਪਾਂ ਇਸ ਤਰ੍ਹਾਂ ਲਾਈਏ ਵੇਚ ਵੀ ਯਾਰ ਉਹ ਇੱਕ ਮਰੀਜ਼ ਆ ਮੇਰੀ ਮਾਂ ਸਾਡੇ ਘਰ ਦੇ ਨੇ ਇੱਕੋ ਗੱਲ ਕਹਿੰਦੀ ਸੀ ਵੀ ਇਹ ਇੱਕ ਮਰੀਜ਼ ਆ ਇਹਦੀ ਬਿਮਾਰੀ ਆ ਇਹ ਬਿਮਾਰੀ ਦਾ ਬਿਮਾਰੀ ਦਾ ਰਸਤਾ ਵੀ ਇਹਦੇ ਵਾਸਤੇ ਗੱਲ ਨਹੀਂ ਗਈ ਤੇ ਗੱਲ ਵੀ ਆਈ ਸੀਗੀ ਜੀ ਬਿਮਾਰੀ ਦੇ ਗੁਲਾਮ ਸੀਗੇ ਤੋੜ ਵੱਜਣੀ ਬੁਰਾ ਹਾਲ ਹੋਣਾ ਮੇਰੀ ਡੋਜ਼ ਬਹੁਤ ਜ਼ਿਆਦਾ ਸੀ ਕਿਨਾਂ ਜੀ ਤੇ ਇਹ ਵੀ ਹੋਇਆ ਕਰਦਾ ਕੋਈ ਮੇਨ ਕੰਮ ਹੋਵੇ ਮੇਨ ਫੰਕਸ਼ਨ ਹੋਵੇ ਕੁਝ ਇਹ ਜਿਹਾ ਹੋਵੇ ਤੁਹਾਨੂੰ ਨਸ਼ਾ ਹੀ ਪਿਆਰਾ ਹੋਵੇ ਮੈਨੂੰ ਨਸ਼ਾ ਕਰਨਾ ਹੈ ਉਹ ਸਭ ਮਿਸ ਕਰਤਾ ਹੋਵੇ ਮੈਂ ਜੀ ਆ ਹੁਣ ਇੱਕ ਸਾਲ ਤੇ 9 ਮਹੀਨੇ ਹੋ ਗਏ ਜੀ ਆ ਹੁਣ ਅਸੀਂ ਖੰਡ ਪਾਟ ਕਰਾ ਕੇ ਹਟੇ ਆਂ ਇਹ ਫੈਕਸ਼ਨ ਮੈਂ ਸਹੀ ਦੇਖਿਆ ਜੀ ਨਹੀਂ ਕੋਈ ਸਾਡੇ ਰਿਸ਼ਤੇਦਾਰੀ ਚ ਵਿਆਹ ਹੋਵੇ ਜੀ ਕੋਈ ਕੁਛ ਹੋਵੇ ਮੈਂ ਡਰੰਕ ਹੀ ਰਿਆਂ ਜੀ ਫੋਲ ਹਾਂਜੀ ਮੈਂ ਨਸ਼ੇ ਜੀ ਰਿਆਂ ਮੇਰੇ ਚਾਚਾ ਜੀ ਦੇ ਲੜਕਾ ਸੀਗਾ ਇੱਕ ਘੰਗਾ ਕਸਾਲਾਂ ਦਾ ਉਹਦੀ ਡੈਥ ਹੋ ਗਈ ਜੀ ਟੈਕਣਾ ਸਾਡੇ ਘਰੇ ਸੱਥਰ ਵਿਸ਼ਿਆ ਪਿਆ ਤੇ ਮੈਂ ਟਾਇਲਟ ਚ ਵੜ ਜਾ ਟੀਕਾ ਲਾ ਕੇ ਆ ਜਾ ਟਾਇਲਟ ਚ ਵੜ ਜਾ ਟੀਕਾ ਲਾ ਕੇ ਆ ਜਾ ਉਥੇ ਰਿਸ਼ਤੇਦਾਰ ਆਈ ਸੀ ਰਿਸ਼ਤੇਦਾਰਾਂ ਤੋਂ ਮੈਂ ਪੈਸੇ ਇਕੱਠੇ ਕੀਤੇ ਤੋਂ 500 ਮੰਗਾ ਕੇ ਤੇ ਯਾਰ ਮੰਗਾ ਕਰਨਾ ਪੈਂਦਾ ਜੀ ਫਿਰ ਹੁਣ ਇਹ ਨਸ਼ਾ ਹੀ ਇਦਾਂ ਦਾ ਵੀ ਇਹ ਕੋਈ ਪੰਜੀ ਦਸੀ ਵਾਲਾ ਕੰਮ ਤਾਂ ਹੈ ਨਹੀਂਗਾ ਜੀ ਹੁਣ ਕਿਵੇਂ ਦਾ ਫੀਲ ਕਰਦੇ ਹੋ ਫਿਰ ਹੁਣ ਜੀ ਚੰਨ ਸੂਰਜ ਮੱਥੇ ਲੱਗਣ ਲੱਗ ਗਏ ਹੁਣ ਜ਼ਿੰਦਗੀ ਜ਼ਿੰਦਗੀ ਲੱਗਦੀ ਹੈ ਜੀ ਹੁਣ ਉਹ ਜੀ ਜ਼ਿੰਦਗੀ ਸੋਚਦਾ ਖਿੰਝ ਜੀ ਆਉਂਦੀ ਯਾਰ ਵੀ ਆਹ ਰਸਤੇ ਵੀ ਤੁਰਿਆ ਫਿਰਦਾ ਰਿਆਂ ਇਹ ਹੁਣ ਜੀ ਇੰਜਵਾਏ ਕਰਦਾ ਮੈਂ ਹੁਣ ਮੈਨੂੰ ਕਈ ਬੰਦੇ ਕਹਿ ਦਿੰਦੇ ਆ ਵੀ ਯਾਰ ਜੇ ਤੂੰ ਸਾਰਾ ਕੁਝ ਗਵਾ ਕੇ ਸੁਧਰਿਆ ਤੇ ਕੀ ਸੁਧਰਿਆ ਮੇਰਾ ਮੰਨਣਾ ਇਹ ਹੈ ਜੀ ਕਿ ਜ਼ਿੰਦਗੀ ਸਭ ਤੋਂ ਇੰਪੋਰਟੈਂਟ ਆ ਬੰਦੇ ਦੀ ਸਭ ਤੋਂ ਵੱਡੀ ਧਨ ਦੌਲਤ ਆ ਉਹਦੀ ਜ਼ਿੰਦਗੀ ਆ ਉਹਦੀ ਸਿਹਤ ਆ ਜੀ ਅੰਗਪੈਰ ਸਹੀ ਸਲਾਮਤਾ ਜੀ ਕੋਈ ਗੱਲ ਨਹੀਂ ਜ਼ਿੰਦਗੀ ਬਹੁਤ ਪੀ ਕਰਕੇ ਖਾਲਾਂਗੇ ਜੀ ਆਪਦੀ ਜਿਹੜਾ ਕੋ ਚਲੋ ਗਵਾਚ ਗਿਆ ਉਹ ਤਾਂ ਨਹੀਂ ਲੱਭ ਸਕਦੇ ਜਿਹੜਾ ਕੁਝ ਹੈਗਾ ਜੀ ਉਹ ਸੰਭਲ ਗਏ ਹੁਣ ਮੈਂ ਆ ਸਾਡੇ ਗਾਂ ਪਸੂ ਪਸੂ ਸਾਰੇ ਵੇਚਦੇ ਸੀ ਮਾਜਾ ਮਾਜਾ ਕਟੀਆਂ ਤਾਂ ਮੈਂ ਦੁੱਧ ਚੁੰਗਦਿਆਂ ਚੜਾ ਦਿੰਦਾ ਹੁੰਦਾ ਸੀ 35 3500 ਤੇ ਹੁਣ گاਵਾ ਲੈ ਜਾਂਦੇ ਹੁਣ ਇੱਕ ਗਾਂ ਹਫਤੇ ਦੇ ਵਿੱਚ ਵਿੱਚ ਤਿੰਨ ਤਿੰਨ ਗਾਵਾਂ ਲੈਣੀਆਂ ਦੁੱਧ ਦੁੱਧ ਦਾ ਕੰਮ ਕਰੀ ਜਾਂਦੇ ਆ ਜੀ ਨਾਲ ਮੁਰਗੀ ਖਾਨੇ ਦਾ ਕਰੀ ਜਾਂਦੇ ਆ ਜੀ ਆਪਦਾ ਉਹ ਪੂਰਾ ਬਿਜ਼ੀ ਕਰਕੇ ਹਾਂਜੀ ਪੂਰਾ ਬਿਜ਼ੀ ਪੂਰਾ ਆਪਦਾ ਖੇਤੀ ਬਾੜੀ ਚ ਕਾ ਰੱਖਿਆ ਜੀ ਤੇ ਜੇ ਸਰਕਾਰ ਸਾਡਾ ਕਹਿੰਦਾ ਭਾਅ ਸਾਥ ਦਵੇ ਸਰਕਾਰ ਆਇਆ ਕਹਿੰਦੀ ਸੀ ਕਿ ਵੀ ਜੇ ਕੋਈ ਐਡਿਕਟ ਪਰਸਨ ਮੁੜੂਗਾ ਰਸਤੇ ਤੋਂ ਠੀਕ ਹੈ ਭਗਵੰਤਮਾਨ ਸਾਹਿਬ ਜੀ ਉਹਨਾਂ ਨੇ ਆਖਿਆ ਵੀ ਜੇ ਉਹਨਾਂ ਨੂੰ ਅਸੀਂ ਐਜ਼ ਅ ਕਾਉਂਸਲਰ ਦੀ ਜੋਬ ਦੇਵਾਂਗੇ ਹਾਂਜੀ ਐਸੀ ਗੱਲ ਤੇ ਆਣਾ ਚਾਹੁੰਦਾ ਸੀਗਾ ਵੀ ਹੁਣ ਮੰਨ ਲਓ ਪ੍ਰਸ਼ਾਸਨ ਹੈ ਮੰਨ ਲਓ ਸੁਪੋਜ਼ ਕਰੋ ਜ਼ਿਲ੍ਹਾ ਪ੍ਰਸ਼ਾਸਨ ਹੈ ਠੀਕ ਹੈ ਬਹੁਤ ਸਾਰੇ ਨੌਜਵਾਨ ਇਹੋ ਜਿਹੇ ਨੇ ਜਿਨ੍ਹਾਂ ਨੂੰ ਸ਼ਾਇਦ ਤੁਹਾਡੇ ਵਰਗੇ ਲੋਕ ਮੋਟੀਵੇਟ ਕਰ ਸਕਦੇ ਕਿਉਂਕਿ ਤੁਸੀਂ ਉਸ ਚੀਜ਼ ਨੂੰ ਫੀਲ ਕੀਤਾ ਹੈ ਉਹ ਚੀਜ਼ ਤੁਸੀਂ ਜੀ ਕੇ ਆਏ ਹੋ ਜੇ ਸਰਕਾਰ ਚਾਵੇ ਪ੍ਰਸ਼ਾਸਨ ਚਾਵੇ ਤਾਂ ਤੁਸੀਂ ਮਦਦ ਲਈ ਤਿਆਰ ਹੋਣਾ ਤੇ ਮੈਂ ਮਦਦ ਲਈ ਪੂਰਾ ਤਿਆਰ ਹਾਂ ਜੀ ਆਪਣਾ 100% ਤੋਂ ਵੀ 200% ਦਊਂਗਾ ਜੇ ਮੇਰੇ ਇਹਨਾਂ ਬੋਲਾਂ ਤੇ ਕਿਸੇ ਇੱਕ ਭਰਾ ਦੀ ਵੀ ਜ਼ਿੰਦਗੀ ਬਚ ਗਈ ਨਾ ਜੀ ਤੇ ਮੈਂ ਆਪਣੀ ਜ਼ਿੰਦਗੀ ਸਫਲ ਸਮਝੂੰਗਾ ਕਿਉਂਕਿ ਜਿਹੜੇ ਹਾਲਾਤਾਂ ਚ ਹੁਣ ਕੋਈ ਅਡੈਕਟ ਪਰਸਨ ਆ ਕੋਈ ਬੰਦਾ ਨਸ਼ਾ ਕਰਦਾ ਜਿਹੜੇ ਉਹ ਹਾਲਾਤਾਂ ਚ ਹੋਵੇ ਉਹਦੀ ਫੀਲਿੰਗ ਸਿਰਫ ਮੈਂ ਸਮਝ ਸਕਦਾ ਤੇ ਮਨ ਚ ਕੀ ਕੁਝ ਚੱਲਦਾ ਉਹਦੇ ਕਿੱਦਾਂ ਦੇ ਵਿਚਾਰ ਆਉਂਦੇ ਆ ਜੀ ਉਹਨੂੰ ਥਰੂ ਕਿਵੇਂ ਕਰਨਾ ਇੱਕ ਜਿਹੜੀ ਆਪਣੀ ਸੋਸਾਇਟੀ ਹੈ ਨਾ ਜੀ ਇਹ ਹਮਲੀ ਬੰਦੇ ਨੂੰ ਨਸ਼ੇੜੀ ਦਾ ਟੈਗ ਬਹੁਤ ਜਲਦੀ ਲਾ ਦਿੰਦੀ ਹੈ ਇਹ ਨਸ਼ੇੜੀ ਕਹਿਣ ਲੱਗ ਜਾਂਦੀ ਹੈ ਸੋਸਾਇਟੀ ਨਾ ਸਵਕਾਰ ਨਹੀਂ ਕਰਦੀ ਠੀਕ ਹੈ ਜੀ ਹੁਣ ਮੈਂ ਛੱਡਿਆ ਮੈਨੂੰ ਪਿੰਡ ਵਾਲੇ ਹਜੇ ਤੱਕ ਨਹੀਂ ਸਵਕਾਰ ਕਰਦੇ ਮੇਰੇ ਅੱਖ 'ਚ ਕੋਈ ਪ੍ਰੋਬਲਮ ਹੋ ਜਾਏ ਜਾਂ ਮੇਰੇ ਅੱਖਾਂ ਮੱਛਰ ਪੈ ਕੇ ਲਾਲ ਹੋਣ ਤਾਂ ਐਂ ਕਹਿ ਦਿੰਦੇ ਵੀ ਹਜੇ ਵੀ ਡੱਕਿਆ ਫਿਰਦਾ ਫੋਲੇ ਆਪਾਂ ਕਹਿੰਦਾ ਚਲੋ ਯਾਰ ਆਪਣੇ ਦਿਲ ਨੂੰ ਪਤਾ ਆਪਣੇ ਮਾਂ ਪਿਓ ਨੂੰ ਪਤਾ ਵੀ ਆਪਾਂ ਸਹੀ ਆ ਆਪਾਂ ਕਿਸ ਤੋਂ ਲੈਣਾ ਕੀ ਲੋਕਾਂ ਦੇ ਮੂੰਹ ਦਾ ਬੰਦ ਕਰ ਹੀ ਨਹੀਂ ਸਕਦੇ ਸਾਰੀ ਉਮਰ ਵਕਤ ਤੇ ਜਿਹੜਾ ਆਪਣੇ ਸਭ ਕੁਝ ਸੈੱਟ ਕਰ ਦਿੰਦਾ ਹੈ ਹੁਣ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਹੋਣਗੇ ਜਾਂ ਕੋਈ ਐਡਿਕਟ ਪਰਸਨ ਤੁਹਾਨੂੰ ਦੇਖ ਰਿਹਾ ਹੋਵੇਗਾ ਉਹ ਉਹਦੇ ਵਾਸਤੇ ਦੋ ਵਾਰ ਕੀ ਕਰਨਾ ਚਾਹੁੰਗੇ ਉਹਨਾਂ ਵਾਸਤੇ ਜੀ ਮੈਂ ਦੋ ਵਾਰ ਇਹ ਕਹਿਣਾ ਚਾਹੁੰਗਾ ਵੀ ਵੀਰੇ ਜਿਹੜੀ ਤੁਸੀਂ ਜ਼ਿੰਦਗੀ ਆਪਦੀ ਖਰਾਬ ਕਰ ਰਹੇ ਹੋ ਨਾ ਟੀਕੇ ਲਾ ਲਾ ਕੇ ਨਸ਼ੇ ਕਰ ਕਰਕੇ ਕੋਈ ਵੀ ਨਸ਼ਾ ਯਾਰ ਇਹ ਬਈ ਬਹੁਤ ਕੀਮਤੀ ਹੈ ਇਹ ਜ਼ਿੰਦਗੀ ਟੋਟਾ ਸਾਥ ਛੱਡ ਜੂਗੀ ਜੇ ਤੁਸੀਂ ਇਸੇ ਲਈ ਦੇ ਰਹੇ ਨਾ ਟੋਟਾ ਸਰੀਰ ਗਲ ਜੂਗਾ ਟੀਕੇ ਵਾਲੇ ਬੰਦਿਆਂ ਨੂੰ ਤਾਂ ਕਾਲਾ ਪੀਲੀਆ ਐਚ ਆਈ ਵੀ ਐਚ ਆਈ ਵੀ ਤੋਂ ਗਾਂ ਦਾ ਖਤਮਾ ਐਚ ਆਈ ਵੀ ਦੇ ਤਾਂ ਲਾਜ ਹੀ ਹੈ ਨਹੀਂ ਜੀ ਐਡਜ਼ ਦਾ ਠੀਕ ਹੈ ਜੀ ਤਾਂ ਆਪ ਦੀ ਜ਼ਿੰਦਗੀ ਵੀਰੇ ਸੰਭਾਲੋ ਇਹ ਬਹੁਤ ਹੀ ਕੀਮਤੀ ਵਰਦਾਨ ਆ ਜਿਹੜਾ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤਾ ਚੰਗੇ ਕੰਮ 'ਚ ਜੇ ਤੁਸੀਂ ਆਪ ਰੋਟੀ ਸੌਖੀ ਖਾਓਗੇ ਨਾ ਤੇ ਇੱਕ ਗੱਲ ਯਾਦ ਰੱਖਿਆ ਜੇ ਇੱਕ ਦੋ ਬੰਦੇ ਵੀ ਤੁਸੀਂ ਰੋਟੀ ਪਾ ਦੇਣਾ ਠੋਡੀ ਭਾਈ ਜ਼ਿੰਦਗੀ ਸਫਲ ਕਿਉਂਕਿ ਪਰਮਾਤਮਾ ਪਤਾ ਨਹੀਂ ਕਿਹਦੇ ਹੱਥ ਨੂੰ ਦਿੰਦਾ ਮੈਂ ਕਹਿੰਦਾ ਜੀ ਜੇ ਪ੍ਰਸ਼ਾਸਨ ਮੈਨੂੰ ਨੌਕਰੀ ਦਵੇ ਕੋਈ ਸਰਕਾਰੀ ਜਾਂ ਭਗਵਾਨਤਮਾ ਸਾਹਿਬ ਨੇ ਆਖਿਆ ਸੀਗਾ ਵੀ ਜਿਹੜੇ ਬੰਦੇ ਮਾਡਰਨਗੇ ਛੱਡਣਗੇ ਉਹਨਾਂ ਨੂੰ ਅਸੀਂ ਹਾਂ ਜੀ ਜੋਬ ਦਵਾਂਗੇ ਸਰਕਾਰੀ ਜੇ ਜੋਬ ਦਵੇ ਜੀ ਮੈਂ ਪੂਰਾ ਉਹਨਾਂ ਦਾ ਸਾਥ ਨਿਭਾਊਗਾ ਜੀ ਤੇ ਉਹਨਾਂ ਦੀ ਮਦਦ ਹਰ ਇੱਕ ਤਰੀਕੇ ਨਾਲ ਜੀ ਕਿਉਂਕਿ ਮੈਂ ਉਹ ਵਕਤ ਚੋਂ ਨੰਗਿਆਂ ਜੀ ਮੇਰੇ ਪਿੰਡੇ ਦੇ ਬੀਤੰਗਾ ਗੱਲਾਂ ਉਹ ਹੁਣ ਤੁਹਾਨੂੰ ਮੈਂ ਦੱਸ ਰਿਹਾ ਤੁਸੀਂ ਦੱਸ ਕੇ ਸੋਚ ਰਹੇ ਕਿਉਂਕਿ ਮੈਂ ਉਹ ਪਿੰਡੇ ਦੇ ਹੜਾਈਆਂ ਜੀ ਕੱਲੇ ਕੱਲੇ ਆਪਦੇ ਅੰਗ ਤੇ ਹੜਾਈਆਂ ਜੀ ਤੇ ਮੈਂ ਉਹਨਾਂ ਦਾ ਪੂਰਾ ਸਾਥ ਦਊਗਾ ਜੀ ਜੇ ਮੈਨੂੰ ਸਰਕਾਰੀ ਨੌਕਰੀ ਦੇਣ ਨਾਲੇ ਜੀ ਇੱਕ ਸਮਾਜ ਤੇ ਤਵੱਜੋ ਹੋ ਜੇ ਵੀ ਚੱਲ ਅਸੀਂ ਹੁਣ ਸੋਸਾਇਟੀ ਦੀ ਗੱਲ ਮੰਨੀ ਆ ਵੀ ਅਸੀਂ ਅਡੈਕਟ ਤੋਂ ਨਾਨ ਅਡੈਕਟ ਹੋਵੇਂ ਹੁਣ ਜੇ ਸੋਸਾਇਟੀ ਵੀ ਸਾਡਾ ਸਾਥ ਦੇਵੇ ਨਾ ਜੀ ਇਦੂ ਵੱਟੀ ਦਾ ਗੱਲ ਹੋ ਹੀ ਨਹੀਂ ਸਕਦੀ ਜੀ ਅਜਿਹੇ ਖੂਬਸੂਰਤ ਨੌਜਵਾਨ ਜਿਨ੍ਹਾਂ ਨੂੰ ਕੋੜ ਨੇ ਜਕਰ ਲਿਆ ਸੀਗਾ ਉਸ ਨਸੇ ਰੂਪੀ দানਵ ਨੇ ਜਕਰ ਲਿਆ ਸੀਗਾ ਪਰਮਾਤਮਾ ਦੀ ਕਿਰਪਾ ਹੋਈ ਹੈ ਕੋਸ਼ਿਸ਼ ਕੀਤੀ ਹੈ ਕਹਿੰਦੇ ਨੇ ਕਿ ਹਿੰਮਤ ਕਰਿਆ ਕਰ ਇਨਸਾਨ ਤਾਂ ਸਹਾਇਤਾ ਕਰੇ ਭਗਵਾਨ ਤਾਂ ਰੱਬ ਨੇ ਵੀ ਕਿਰਪਾ ਕੀਤੀ ਹੈ ਇਹਨਾਂ ਤੇ ਅਤੇ ਅੱਜ ਮੁੜ ਤੋਂ ਇਹਨਾਂ ਦੀ ਵਾਪਸੀ ਹੋਈ ਹੈ ਅਤੇ ਇਸ ਵਕਤ ਸਭ ਤੋਂ ਵੱਡਾ ਸਵਾਲ ਉਹਨਾਂ ਲੋਕਾਂ ਲਈ ਹੈ ਜਿਹੜੇ ਲੋਕ ਇਹੋ ਜਿਹੇ ਨੌਜਵਾਨਾਂ ਤੇ ਸਵਾਲ ਵੀ ਉਠਾਉਂਦੇ ਨੇ ਜਦੋਂ ਕਿ ਉਹ ਸਭ ਕੁਝ ਛੱਡ ਚੁੱਕੇ ਹੁੰਦੇ ਨੇ ਤਾਂ ਤੁਹਾਨੂੰ ਵੀ ਲੋੜ ਹੈ ਇਹੋ ਜਿਹੇ ਲੋਕਾਂ ਨੂੰ ਅਪਣਾਨ ਦੀ ਨਾ ਕਿ ਉਹਨਾਂ ਦਾ ਤਿਰਸਕਾਰ ਕਰਨ ਦੀ ਉਹਨਾਂ ਨੂੰ ਹੀਨ ਪਾਵਰਾਂ ਦੇ ਨਾਲ ਦੇਖਣ ਦੀ ਤੋ ਉਹਨੂੰ ਚਾਹੀਦਾ ਹੈ ਕਿ ਅਜਿਹੇ ਨੌਜਵਾਨਾਂ ਦਾ ਵੈਲਕਮ ਕੀਤਾ ਜਾਵੇ ਸਵਾਗਤ ਕੀਤਾ ਜਾਵੇ ਕਿਉਂਕਿ ਇੱਕ ਤਰੀਕੇ ਦੇ ਮਰ ਕੇ ਮੁਰਦ ਤੋਂ ਜਿਉਂਦੇ ਹੋਏ ਹੁੰਦੇ ਨੇ ਅਜਿਹੇ ਨੌਜਵਾਨ ਦੂਜੇ ਪਾਸੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਪੀਲ ਲੈ ਕੇ ਅਜਿਹੇ ਨੌਜਵਾਨਾਂ ਦਾ ਸਾਥ ਲੈ ਕੇ ਇੱਕ ਬਿਹਤਰੀਨ ਸਮਾਜ ਜਿਹੜਾ ਹੈਗਾ ਉਹ ਸਿਰਜਿਆ ਜਾ ਸਕਦਾ ਹੈ ਜੇਕਰ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਇਹ ਲੋਕ ਉਸ ਦਜਲ ਨੂੰ ਛੱਡ ਕੇ ਵਾਪਸੀ ਕਰ ਚੁੱਕੇ ਨੇ ਫਰੀਦਕੋਟ ਤੋਂ ਕੈਮਰਾ ਪਰਸਨ ਮਨਪ੍ਰਸਤ ਸਿੰਘ ਚਾਹ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ